ਚੋਰੀ ਦੂਸਰਾ ਵਿਆਹ ਕਰਵਾ ਰਿਹਾ ਸੀ ਪਤੀ। ਮੌਕੇ 'ਤੇ ਪਹੁੰਚ ਕੇ ਪਹਿਲੀ ਪਤਨੀ ਪੁਲਿਸ ਨੇ ਲਾੜੇ ਨੂੰ ਲਿਆ ਹਿਰਾਸਤ। ਤੁਹਾਨੂੰ ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਦਾ, ਜਿੱਥੇ ਉਸ ਵੇਲੇ ਹਾਈਕੋਰਟ 'ਚ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਵਿਆਹਿਆ ਹੋਇਆ ਨੌਜਵਾਨ ਜੋ ਕਿ ਦੂਸਰਾ ਵਿਆਹ ਕਰਵਾਉਣ ਚੱਲਿਆ ਸੀ, ਲੇਕਿਨ ਮੌਕੇ 'ਤੇ ਪਹਿਲੀ ਪਤਨੀ ਪਹੁੰਚ ਗਈ। ਵਿਆਹ ਦੇ ਚੱਲਦਿਆਂ ਹੀ ਉੱਥੇ ਹਾਈਕੋਰਟ ਡਰਾਮਾ ਹੋਇਆ ਅਤੇ ਵਿਆਹ ਨੂੰ ਰੋਕਵਾ ਦਿੱਤਾ ਗਿਆ। ਦੋਵਾਂ ਪਾਸਿਆਂ ਤੋਂ ਕਾਫੀ ਬਹਿਸਬਾਜ਼ੀ ਅਤੇ ਤਕਰਾਰਬਾਜ਼ੀ ਹੋਈ, ਲੇਕਿਨ ਮੌਕੇ 'ਤੇ ਪੁਲਿਸ ਪਹੁੰਚ ਗਈ। ਪਤੀ ਨੂੰ ਗ੍ਰਿਫਤਾਰ ਕਰਦਾ ਤੇ ਦੂਸਰਾ ਵਿਆਹ ਨਹੀਂ ਕਰਵਾ ਸਕਦਾ। ਆਖਰ ਇਹ ਪੂਰਾ ਮਾਮਲਾ ਸੁਣਾਉਂਦੇ ਹਾਂ ਤੁਹਾਨੂੰ। ਪਿੰਡ ਇੱਥੇ ਲਾੜੀਆਂ ਮੇਗਾ 5 ਗ੍ਰਾਂ 8 ਹਾੜ 2021 ਫਰਵਰੀ 2 ਪਰਮਜੀਤ ਨਾਲ ਹਾਂਜੀ ਕੁੱਟਮਾਰ ਕਰਕੇ ਕੱਢ ਦਿੱਤਾ ਨੇ। ਕਿੰਨੀ ਦੇਰ ਹੋ ਗਈ ਕੱਢੇ? 4 ਸਾਲ ਹੋ ਗਿਆ। ਕੋਈ ਕੇਸ ਵੀ ਚੱਲਦਾ? ਹਾਂਜੀ। ਕਿੱਥੇ ਚੱਲਦਾ? ਪਹਿਲਾਂ ਇੱਥੇ ਵਾਹਵਾ ਸੈਲਰ ਚ ਮੈਡਮ ਤੇ ਦਰਖਾਸਤ, ਉੱਥੇ ਰਾਜੀਨਾਮਾ ਨਾ ਕਰਾ ਕੇ ਕਹਿੰਦੇ ਲੈ ਜਾਵਾਂਗੇ, ਮੁੜ ਕੇ ਲੈਣ ਹੀ ਨਹੀਂ ਆਏ। 3-4 ਸਾਲ ਹੋ ਗਏ। ਹਾਂ ਤੇ ਅੱਜ ਹੁਣ ਨਵਾਂ ਵਿਆਹ ਕਰਾਉਣ ਲੱਗੇ ਨੇ। ਹਾਂਜੀ ਤੇ ਇਹ ਹੁਣ ਰੰਗੀ ਅਸਥੀ ਫੜਿਆ ਗਿਆ ਹੁਣ। ਹਾਂ ਹੁਣ ਕਿੱਥੇ ਦਿੱਤਾ? ਇੱਥੇ ਮਦੋਟ ਥਾਣੇ ਚ। ਹਾਂਜੀ ਕਾਨੂੰਨੀ ਕਾਰਵਾਈ ਦੀ ਮੰਗ? ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਵੀ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ। ਤਲਾਕ ਦਿੱਤਾ? ਨਹੀਂ ਤਲਾਕ ਨਹੀਂ ਦਿੱਤਾ। ਬਿਨਾਂ ਤਲਾਕ ਦਿੱਤੇ? ਹਾਂ ਇੱਕ ਤਰਫੀ ਆਪ ਕੇਸ ਜਿੱਤਾ ਫਿਰ ਜਾਂਦਾ ਮੇਰਾ ਤਲਾਕ ਹੋ ਗਿਆ, ਪਰ ਤਲਾਕ ਨਹੀਂ ਅਸਾਂ ਦਿੱਤਾ। ਅੱਜ ਤੁਸੀਂ ਇਹਦੀ ਪੜਤਾਲ ਸਵੇਰ ਦੀ ਕਰ ਰਹੇ ਹੋ? ਹਾਂਜੀ 4 ਵਜੇ ਤੇ ਸਵੇਰ ਦੇ ਬੰਦੇ ਕੋ ਕਿੱਥੇ ਖਿਲਵਾ ਰਹੇ ਕੋ ਕਿੱਥੇ ਖਿਲਵਾ ਲੱਗ ਰਹੇ ਕਿ ਵਿਆਹ ਸੀ? ਹਾਂਜੀ ਪਤਾ ਲੱਗ ਗਿਆ। ਹਾਂਜੀ ਕੀ ਬਰਾਤ ਨਹੀਂ ਸੀ? ਹਾਂਜੀ ਹਾਂਜੀ ਬਰਾਤ ਵੀ ਆਈ ਹੈ। ਹੋਰ ਕੀ ਮੰਗ ਰਹੇ? ਕਾਰਵਾਈ ਕਾਰਵਾਈ ਹੁਣ ਮੋਟਰਸਾਈਕਲ ਵੀ ਪਹਿਲਾਂ ਮੰਗ ਸੀ ਨਾ, ਮੋਟਰਸਾਈਕਲ ਨਾ ਦੇਣ ਕਰਕੇ ਤਾਂ ਆਪ ਇੱਕ ਤਰਫੀ ਕੇਸ ਜਿੱਤ ਕੇ ਤਾਂ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵੀ ਵਿਆਹ ਕਰਦਾ। ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ? ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ, ਮਦਦ ਕਰੇ ਜਿਵੇਂ ਕਿਵੇਂ ਮਰਜ਼ੀ, ਮਦਦ ਸਾਡੀ ਜ਼ਰੂਰ ਕਰੇ। ਹਾਂ ਕਾਨੂੰਨੀ ਕਾਰਵਾਈ ਕਰਨ ਜ਼ਰੂਰ, ਗਰੀਬ ਬੰਦੇ ਆ, ਸਾਡੇ ਕੋਲ ਇੰਨੀ ਨਹੀਂ ਗੁੰਜਾਇਸ਼ ਸੀਗੀ ਰੋ ਰੋ ਦੀ ਬੰਦੇ ਇਕੱਠੇ ਕਰਨੇ, ਭੱਜ ਦੌੜ ਕਰਨੇ, ਇਹ ਨਹੀਂ ਸਾਡੇ ਕੋਲ ਹੋ ਸਕਦਾ। ਮੇਰਾ ਨਾਂ ਜੀ ਜੋਗਿੰਦਰ ਸਿੰਘ ਹੈ ਜੀ, ਮੈਂ ਪਿੰਡ ਮੇਰਾ ਸ਼ੱਕ ਟਾਈਪ ਟਿੱਬੀ ਹੈ ਜੀ। ਲੜਕੀ ਮੇਰੇ ਚਾਚੇ ਦੀ ਕੁੜੀ ਹੈ ਜੀ, 6 ਭੈਣਾਂ ਨੇ ਮੇਰੇ ਚਾਚੇ ਦੀ ਕੁੜੀ। ਕੀ ਹੋਇਆ ਸੀ ਇਹ? ਅੱਜ ਜੀ ਅੱਜ ਬਰਾਤ ਆਇਆ ਸੁਰਜੀਤ ਸਿੰਘ ਦੇ ਮੁੰਡੇ ਨੂੰ। ਪਹਿਲਾਂ ਕਿੱਥੇ ਗਈ? ਪਹਿਲਾਂ ਇਹ ਕੁੜੀ ਇੱਧਰ ਲਾੜੀਆਂ ਵਿਆਹੀ ਸੁਰਜੀਤ ਵਾਲੇ। ਤੁਹਾਡੀ ਭੈਣ? ਹਾਂ ਭੈਣ ਮੇਰੀ ਚਾਚੇ ਦੀ ਕੁੜੀ ਸੁਰਜੀਤ ਵਾਲੇ ਵਿਆਹੀ ਸੀ, ਪਰ 4 ਸਾਲ ਹੋ ਗਿਆ, 4 ਸਾਲ ਕੁੜੀ ਬੂਹੇ ਤੇ ਬੈਠੀ ਏ। ਕੁੱਟਮਾਰ ਕਰਦਾ ਸੀ ਪਹਿਲਾਂ ਤੇ ਜੀ, ਅਸੀਂ ਇਹਨੂੰ 1.5 ਲੱਖ ਦਾ ਸਮਾਨ ਦਿੱਤਾ, ਫਿਰ ਇਹਦਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬ 'ਚ ਇਹਦਾ ਵਿਆਹ ਹੋਇਆ ਸੀਗਾ ਗੁਰਦੁਆਰੇ, ਉਹ ਵੀ ਸਾਡੇ ਕੋਲ ਪ੍ਰੂਫ ਨੇ, ਪਰ ਇਹਨੇ ਸਾਡੇ ਨਾਲ ਕੋਈ ਵੀ ਨਿਬੇੜੀ ਨਹੀਂ, ਕੋਈ ਗੱਲ ਸਾਡੇ ਨਾਲ ਕਲੀਅਰ ਨਹੀਂ ਕੀਤੀ। ਉਹ ਤੋਂ ਬਾਅਦ 'ਚ ਇਹਨੇ ਆ ਕੇ ਅੱਜ ਪਿੰਡ ਲੱਖਾ ਅਲੀ ਲੱਖਾ ਅਜੀਤ ਵਿੱਚ ਆ ਕੇ ਬਰਾਤ ਆ ਗਿਆ। ਅਸੀਂ ਮੌਕੇ ਤੇ ਕੁੜੀ ਨੂੰ ਲੱਖਾ ਸਿੰਘ ਵਾਲੇ ਆ ਤੇ ਬਰਾਤ ਆਇਆ, ਅਸੀਂ 2 ਮੁਲਾਜ਼ਮ ਲਏ ਨੇ ਪੁਲਿਸ ਵਾਲੇ, ਤੇ ਅਸੀਂ ਜਾ ਤੇ ਸਾਰੇ ਪਿੰਡ 40-50 ਜੀਆਂ ਨੇ ਜਾ ਤੇ ਅਸੀਂ ਉੱਥੋਂ ਫੜਿਆ ਤੇ ਅਸੀਂ ਬਰਾਤ ਦੇ ਵਿੱਚੋਂ ਚੱਕਿਆ ਇਹਨਾਂ ਦੇ, ਉਹਨਾਂ ਦੇ ਕੁੜੀ ਦਾ ਇੱਕ ਘਰ ਹੋਰ ਵੀ ਬਰਬਾਦ ਕਰਨ ਡਿਆ, ਹੋਰ ਵੀ ਕਿਸੇ ਪੈਤੀ ਪੈਂਦਾ ਇਹ ਜਾਂਦਾ, ਉਹਨਾਂ ਦਾ ਵੀ ਮੰਨ ਲਓ ਉਹਨਾਂ ਨਾਲ ਵਿਰ ਖਿਲਾਫੀ ਕਰੇਦਾ। ਮਸਲਾ ਇਹ ਕਿ ਬਰਾਤ ਆਈ ਸੀ ਕਿੱਥੋਂ ਆਈ ਸੀ? ਇਹ ਲਾੜੀਆਂ ਵਿੱਚ ਸੁਣਨ ਵਿੱਚ ਆਈ ਹੈ ਮੈਨੂੰ, ਇਹ ਆਪਣੇ ਜੋਗਿੰਦਰ ਸਿੰਘ ਨਿਹਾਲ ਸਿੰਘ ਦੇ ਉਹਦੀ ਕੁੜੀ ਹੈ, ਤੇ ਉਹ ਸਾਨੂੰ ਹੁਣ ਪਤਾ ਲੱਗਿਆ ਹੈ, ਮਸਲਾ ਸਾਡੇ ਕੋਲ ਆਇਆ ਹੈ, ਤੇ ਉਹ ਨਾਲ ਆਪਣੇ ਸਰਕਾਰੀ ਮੁਲਾਜ਼ਮ ਆਏ ਨੇ, ਉਹ ਮੁੰਡਾ ਤੇ ਮੁੰਡੇ ਦੇ ਪਿਓ ਨੂੰ ਪੁਲਿਸ ਦੇ ਹਵਾਲੇ ਕਰਨ ਲੱਗੇ, ਬਾਕੀ ਅੱਗੇ ਫੈਸਲਾ ਜੋ ਹੋਇਆ ਉਹ ਕਰਨਗੇ। ਮੁੰਡਾ ਦੂਜਾ ਵਿਆਹ ਕਰਾਉਣ ਜਾ ਰਿਹਾ ਸੀ? ਬਸ ਸੁਣਿਆ ਹੈ ਕਿ ਵੀ ਦੂਜਾ ਮੁੰਡਾ ਵਿਆਹ ਕਰਾਉਂਦਾ ਪਿਆ, ਤੇ ਉਹਨਾਂ ਕੋਲ ਡਾਕੂਮੈਂਟ ਨੇ, ਕੋਰਟ ਦੇ ਆਰਡਰ ਨੇ। ਹਾਂਜੀ ਤੇ ਹਾਂਜੀ ਤੇ